وهي ظهور الشمس في زمن هذا الزمن. يا رب محمد وعلى محمد صلى الله عليه وسلم وعلى محمد وعجل صلى الله عليه وسلم. يا رب محمد وعلى محمد صلى الله عليه وسلم وعجل صلى الله عليه وسلم. بسم الله الرحمن الرحيم. اللهم قل لوليك وحجتك يا ابن الحسن والسلم والصلاه والسلام صلواتك عليه وعلى ابائه في هذه الساعه وفي كل الساعه من شاطئ النهار ولي وحافظ وقائد وناصر ودليل وعين المهتا تسكنه الزكاه والمتمكنه فيها قليلا. يا رب محمد وعلى محمد صلى الله على محمد وعلى محمد وعجل فرح يا آل محمد. بالا ذکر پاک دی عزت صدقہ وارث زمانہ دے خرم دی تعلیم فرما اللہ وارث زمانہ دی پاک اکھاں خون بند فرما جتنے اللہ بڑی آواز یار دے وقت دے امام دے دعا مند رہے ہیں واجب سمجھ کے آمان رکھے بارے کہا چودہ دی عزت واسطے سادات دے اجڑے وہڑے آباد فرما بارے گاہ چودہ دی عزت واسطے حکومت الہی رکھے فرما رب آسان سارے عزاداران و نصرت امام کرن دی توفیق عطا فرما بارے گاہ بانی مجلس دوار مجاہد حسین دی عزت رزق جان مالی عطا فرما ਸਰਦਾਰ ਇੱਜ਼ਤ ਵਾਸਤੇ ਇਸ ਵਕਤ ਕਿਸੇ ਹਲਾਲੀ ਮਵਾਲੀ ਨੂੰ ਮੌਤ ਨਾ ਆਵੇ ਜਦ ਤੱਕ ਉਹ ਚੌਣਾਂ ਦਾ ਜ਼ਵਾਰ ਨਾ ਹੋਵੇ। ਅੱਲਾਹ ਸੋ ਸਾਰਿਆਂ ਨੂੰ ਇਮਾਨ ਦੇ ਜ਼ਮਾਨੇ ਬਾਦਸ਼ਾਹ ਦੀ ਨਾਲੈ ਨੇ ਪਾਕ ਤੋਂ ਕੁਰਬਾਨ ਹੋਣ ਦੀ ਤੌਫੀਕ عطا ਫਰਮਾ। ਰੱਬਨਾ ਤਕਬਲ ਦੁਆ ਇਨਕ ਅਸਮੀਉ ਅਲੀਮ। ਰੱਬ ਸਦੇ ਅਲਾ ਮੁਹੰਮਦ ਵਾਲਾ ਮੁਹੰਮਦ وعجل فرح يا آل محمد تمام دعائیں دی قبولیت واسطے ایک صلوات چھی ہے اللہ اکبر اللہ اکبر صلوات کا پڑھنا عظیم عبادت ہے مہربانی کرو تکلیف نہ سمجھو تو مل کے صلوات کوشش کرو جب بچ سکتی ہے بات سیکھ لینا ये तो मुंह फोड़ देते कच्चा पूरा कर से फिल्म ठीक है से फिल्म मारना सलवार ऊंची आवाज में पढ़ो अल्लाह 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 औज़ु बिल्लाह मिनश शैतान रजीम बिस्म बिल्लाह रहमान रहीम सलवार سلام والا
جلیل دل مخدوم تیلا محروم ناویر مرا کے ترائے بھینا گل میری حضر راک نا دے جتھے آنے ہی ہو رہے محمود کوٹا لے آج نوالی دیاں دھیاں دے اجڑن دا مرمانوں لے نویر مرا کے ترائے بھیڑا ٹور شام دے پاسے گئیاں وہاں پترا دے سارا ساگا تے وات لے ماوا ٹور دیا وہ بندے امیر ہے یار جلدی ہے نہیں نوکراں جوانی مانے نوکراں نویر مرا کے بھینا ٹور شام دے پاس گئی وہاں پتراں دے سارا ساگا وات لے ٹر دیا اچھا نوکر ہاں پتراں دے سارا ساگا وات لے ماوا ٹر دیا نوکر ہاں پترا دے سار ساگا وات لے ماوا ٹر دیا اچھا نو کرا نو کرا نویر مرا کے ترائے بھینا ٹور شام دے پاس گئی وہاں پترا دے سار ساگا اکبر پالیا گر کے
ਦੇ ਮਾਲਕ ਹਰ ਕਦਮ ਤੇ ਅਜਰ ਅਜ਼ੀਮ ਮਤਾ ਮਿਹਰਬਾਨੀ ਦਾ ਪੜ੍ਹਨੀ ਇਤਲਾਹ ਵੀ ਹੈ। ਮੇਰਾ ਦਿਲ ਇਹ ਕਿ ਮੈਂ ਜਨਾਬ ਨੂੰ ਜਿਤਨਾ ਵਕਤ ਦੀ ਜ਼ਹਿਮਤ ਦੇਵਾਂ ਮਜਲਿਸ ਬਾ ਮਕਸਦ ਦੇ ਨਾਮ ਦੇ ਹਵਾਲੇ ਮਜਲਿਸ ਪਰਚੇ ਅਲਾਹ ਵਿਛਾਵਣ ਦਾ ਕੋਈ ਨਾ ਕੋਈ ਮਕਸਦ ਹੋ ਤੋੜਾਵਣ ਲਈ ਕੋਈ ਨਾ ਕੋਈ ਮਕਸਦ ਹੈ। ਇੱਥੇ ਮੁਸ਼ਕਿਲ ਦੌਰ ਹੈ ਕਿ ਬੰਦਾ ਆਪਣੇ ਕਾਰੋਬਾਰ ਛੋੜ ਕੇ ਦੀਆਂ ਬਹਿਣਾਂ ਲਾ ਕੇ ਫਰਸ਼ ਅਦਾ ਤਿਆ ਬਣਦਾ ਖਾਲੀ ਝੋਲੀ ਆਵੇ ਅਤੇ ਖਾਲੀ ਤੁਰ ਜਾਵੇ ਉਹਨੂੰ ਮਜਲਿਸ ਹੁਸੈਨ ਨਹੀਂ ਮਜਲਿਸ ਹੁਸੈਨ ਉਸ ਵਾਸਤੇ ਖਾਲੀ ਝੋਲੀ ਬੰਦਾ ਆਵੇ ਅਤੇ ਭਰ ਕੇ ਜਾਵੇ ਉਹਨੂੰ ਮਜਲਿਸ ਹੁਸੈਨ ਆਉਂਦੇ। قال رسول الله صلى الله عليه واله وسلم مما تعلم يعرف ما بين زمانه ما تمتم جاهل يا صلوات الله عليه الله اكبر میرے صلوات کے لیے صلوات اسی پڑھو پڑھ پڑھ لو دل اللہ کائنات ਉਸ ਬਾਦਸ਼ਾਹ ਦਾ ਫਰਮਾਨ ਪੜਿਆ ਹੈ ਜਿਸ ਦੀ ਨਾਲਾਇਨ ਪਾਕ ਦਾ ਸਤਕਾਰ ਅੱਲਾ ਜਹਾਨ ਬਣਾਇਆ ਹੈ। ਜਿੱਥੇ ਬੈਠੇ ਉਹਨਾਂ ਨੇ ਸਿਰ ਚਹਲਾਇਆ ਹੈ ਜ਼ਬਾਨ ਤੰਗ ਕਰੇ ਤਾਂ ਤੈਨੂੰ ਮੈਨੂੰ ਪਤਾ ਲੱਗੇ ਤਾਂ ਮੇਰੀ ਗੱਲ ਤੁਹਾਡੇ ਤੱਕ ਪਹੁੰਚਣੀ ਪਈ ਉਹ ਨਾ ਮਰੇ ਤਾਂ ਲੈਣ ਆਏ ਕਿਸੇ ਅਤੇ ਨਾ ਇਹ ਮੁਕਾਬਲੇ ਦੀ ਜਾਏ ਇਬਾਦਤ ਅਤੇ ਹਰਕਤ ਦੀ ਆਪਣੀ ਆਪਣੀ ਮੈਂ ਉਸ ਬਾਦਸ਼ਾਹ ਦਾ ਫਰਮਾਨ ਪਾਕ ਪੜਿਆ ਹੈ ਜਦ ਦੀ ਨਾਲਾਇਨ ਪਾਕ ਦਾ ਸਤਕਾਰ ਅਲਾਹਾਨ ਬਣਾ ਫਰਮਾਇਆ ਮੈਂ ਕੋਈ ਵੀ ਬੰਦਾ ਜਿੱਥੇ ਮਰੇ ਅਗਰ ਮਾਰਫਤ ਮੁਹੰਮਦ ਵਾਲੇ ਮੁਹੰਮਦ ਤੋਂ ਬਗੈਰ ਮਰ ਗਿਆ ਆਪਣੇ ਵਕਤ ਦੇ ਇਮਾਮ ਦੀ ਮਾਰਫਤ ਬਗੈਰ ਮਰ ਗਿਆ ਤਾਂ ਰਸੂਲ ਪਿਆਦਰ ਗੁਲਾਮ ਬਾਸ ਬੇਸਮ ਨਹੀਂ ਪਿਆਦਾ ਰਸੂਲ ਪਿਆਦਰ ਬੰਦਾ ਮਰ ਨਹੀਂ ਗਿਆ ਸਿਰਫ ਉਹ ਜਹਿਲੀਅਤ ਦੀ ਮੌਤ ਮਰ ਗਈ। ਪੜ੍ਹੇ ਲਿਖੇ ਚਿਹਰੇ ਤਸਵੀਰ ਫਰਮਾਨ ਹੈ ਸਾਡੇ ਮੰਨਣ ਵਾਲਾ ਅਨਪੜ੍ਹ ਜ਼ਰੂਰ ਹੁੰਦਾ ਮਗਰ ਜਾਹਿਲ ਨਹੀਂ ਹੁੰਦਾ। ਮੈਂ ਪਰਸਤੋਂ ਮੈਂ ਜਾਣਦਾ ਪੜ੍ਹੀ ਲਿਖੀ ਗੱਲ ਸੁਣਦੇ ਹੋ ਮੈਂ ਕਰ ਲਾਊਂਗਾ ਮੈਂ ਪੜ੍ਹੀ ਲਿਖੀ ਗੱਲ ਤਾਂ ਕਿਤਨਾ ਬੋਲੇ ਇੱਕ ਹੁੰਦਾ ਮੋਨੋਗ੍ਰਾਮ ਇੱਕ ਹੁੰਦਾ ਅਮਲਨ ਮੈਂ ਜੁਮਲਾ ਜਨਾਬ ਦੇ ਹਵਾਲੇ ਐਸਾ ਕਰ ਜਾਵਾਂ ਤੂੰ ਰਾਤੀ ਮੁਸੱਲੇ ਤੇ ਬਹਿ ਕੇ ਮੇਰੇ ਹੱਥ ਦੁਆ ਕਰ ਜਹਿਲੀਅਤ ਦੀ ਮੌਤ ਮਰ ਗਈ ਹੈ ਰਸੂਲ ਆਖਿਆ ਜਹਾਲਤ ਔਰ ਜਹਿਲੀਅਤ ਵਿੱਚ ਫਰਕ ਕਿਆ ਹੈ ਇੱਕ ਹੁੰਦੀ ਹੈ ਜਹਾਲਤ ਇੱਕ ਹੁੰਦੀ ਹੈ ਜਹਿਲੀਅਤ ਅਗਰ ਕੋਸ਼ਿਸ਼ ਕਰੇ ਮੈਂ ਕਿਤੋਂ ਆਵਾਜ਼ ਲਵੇ ਤਾਂ ਆਸਾਨੀ ਹੋਸੀ ਤੇ ਮਿਹਰਬਾਨੀ ਮੌਲਾ ਇਸ ਦੇਵੀ ਇੱਕ ਹੁੰਦੀ ਹੈ ਜਹਾਲਤ ਇੱਕ ਹੁੰਦੀ ਹੈ ਜਹਿਲੀਅਤ ਪੜ੍ਹੇ ਲਿਖੇ ਚਿਹਰੇ ਵੇਖ ਰਿਹਾ ਜਹਾਲਤ ਸ਼ੁਰੂਆਤੇ ਦੀ ਮਿਸਾਲ ਮੈਂ ਜ਼ਾਕਿਰ ਹਾਂ ਮੈਂ ਡਾਕਟਰੀ ਨਹੀਂ ਜਾਣਦਾ ਮੈਂ ਉਸ ਕੰਮ ਦਾ ਜਾਹਿਲ ਹਾਂ ਮੈਂ ਡਾਕਟਰ ਹਾਂ ਅਤੇ ਮੈਂ ਇਲੈਕਟ੍ਰੀਸ਼ਨ ਦਾ ਕੰਮ ਨਹੀਂ ਜਾਣਦਾ ਮੈਂ ਉਸਦਾ ਜਾਹਿਲ ਹਾਂ। ਜਿਹੜੇ ਕੰਮ ਨੂੰ ਬੰਦਾ ਨਾ ਜਾਣਦਾ ਹੋਵੇ ਉਸਦਾ ਉਹ ਜਾਹਿਲ ਹੁੰਦਾ ਬੰਦਾ ਰਸੂਲ ਤੋਂ ਪੁੱਛਿਆ ਮੌਲਾ ਜਹਿਲੀਅਤ ਕਰਵਾ ਦੇਣ ਸਰਕਾਰ ਦੇ ਕਦਮਾਂ 'ਤੇ ਹੱਥ ਲਏ ਗੱਲ ਸਰਕਾਰ ਮੁਸਕਰਾ ਕੇ ਫਰਮਾਉਂਦੇ ਜਾਹਿਲ ਸੁਣਵਾ ਦੇਣ ਜਿਹੜਾ ਬੰਦਾ ਜਿਹੜੇ ਕੰਮ ਦਾ ਨਾ ਵਾਕਿਫ ਹੋਵੇ ਨਾ ਜਾਣਦਾ ਹੋਵੇ ਰਸੂਲ ਤਾਂ ਫਰਮਾਉਂਦੇ ਜਹਿਲੀਅਤ ਉਹ ਸੁਣਵਾ ਦੇਣ ਜਿਹਨੂੰ ਜਾਣਦਾ ਹੀ ਹੋਵੇ ਸੁਜਾਣਦਾ ਹੀ ਹੋਵੇ ਸੁਜਾਣਨ ਦੇ ਬਾਵਜੂਦ ਉਹਦੇ ਵਜੂਦ ਦਾ ਇਨਕਾਰ ਕਰੇ ਉਹ ਤਾਂ ਜਹਿਲੀਅਤ ਦੀ ਮੌਤ ਮਰਦਾ ਹੈ। ਮੈਂ ਸਤਿਗੁਰੂ ਹੋਵੇ ਤੇਰਾ ਇਤਮਾਦ ਸੁਭਾਨ ਕਰ ਦਿੱਤਾ ਹੋਵੇ ਮੈਂ ਮੁਸ਼ਕਿਲ ਨਾ ਕਰਾਂ ਜਿਹੜਾ ਬੰਦਾ ਜਿਹੜੇ ਕੰਮ ਨੂੰ ਜਾਣਦਾ ਹੀ ਹੋਵੇ ਸੁਜਾਣਦਾ ਹੀ ਵਜਦਾ ਹੋਵੇ ਤੇ ਵੱਖ ਉਸਦੇ ਵਜੂਦ ਦਾ ਇਨਕਾਰ ਕਰੇ ਉਹ ਜਹਿਲੀਅਤ ਦੀ ਮੌਤ ਮਰਦਾ ਜਿਹੜਾ ਮਰਦਾ ਜਹਿਲੀਅਤ ਦੀ ਮੌਤ ਹੈ ਉਹਦਾ ਠਿਕਾਣਾ ਬੋਲੋ ਡਰ ਨਹੀਂ ਉਹ ਕਨਫਰਮ ਜਹਨਮੀ ਹੈ। ਅੱਜ ਰਸੂਲ ਦੇ ਮਿਆਰ ਦੱਸਿਆ ਜਿਹੜਾ ਬੰਦਾ ਆਪਣੇ ਵਕਤ ਦੇ ਇਮਾਮ ਦੀ ਮਾਰਫਤ ਬਗੈਰ ਮਰ ਗਿਆ ਇਹ ਮਾਰਫਤ ਕਿਆ ਹੈ
گزروار ہو میری مجلس وچ کربلا دے گزروار ہو تے میری گواہی دے اے کربلا مظلوم کربلا دے سراں دی ایک حدیث پاک لکھی ہوئی ہے کہ منظارہ نے قبر حسین عارفن بے حق ہی کما زار اللہ الی عرش ہی معصوم پر فرمانے جیڑا بندہ ساڈے حق نو سجڑے دے ہویا ساڈی معرفت رکھ دے ہویا معصوم پر فرمانے او میری قبر دی زیارت کرے سی اس میری قبر دی زیارت نہیں کیتی اس عرش تے اللہ دی زیارت کیتی معرفت بغیر زواری بیکار ہے کائنات کا کوئی بھی نیک عمل میں اس منبر کو لے کے میں شرط منبر نہیں اپنے ہر فرد کا مل قبولیت معیار ہے منزل ہے معرفت کیا ہے چھ امام پر بندہ آ گیا معرفت کیا ہے کتاب کا نام ہے معجزات آل محمد شیخ جعفر شوستری علیہ رحمہ لکھے ہیں مولا معرفت کیا ہے مولا فرماتے ہیں معرفت حاصل کرنا ہے میرے ہاتھ کیا کرنا ہے امام ہاتھ بدایا اس ہاتھ رکھا ہے امام فرمایا اکھ بند کر اکھ بند کر اکھ کھولے محمود کوٹا لے ہو نہ دربار ہے نہ شہر ہے دریا کا کنارہ ہے دریا مولا میں تا جا معرفت لینا ہے معرفت اللہ سوال اٹھائی ہے مولا فرمائے چاہ تو وہ دریا چھ سکتا وہ دریا چھ سکتا ہے وہ کوئی کوشش کی تو ہاتھ پیر مار کے وقت کنارے آ لگا اور کہا کہ مولا میں تو معرفت لینی ہے جب معرفت تو نہیں ملی مولا فرمائے نہیں ملی پر میں وہ چاہ کے دریا چھ کنارے ممبر دی عزت دی قسم ہے مولا دے قدم تے ہاتھ لائی بیٹھے مولا تہاڈی عزت دی قسم ہے مینوں معرفت ہو گئی ہے مولا فرمائے نے کیویں ملی ہے معرفت پہلی باری سٹیا ہے بولن چھ نام میں چنگا لگتا ہوا معرفت ملی مولا جی تری باری سٹیا نے نا میرے ہاتھ پیروں کی طاقت مک گئی ہے میں اڈتا پیا ہوں میں سڈ مارا مولا اللہ نو مینو تیری عزت کی قسم ہے میں کدھر اٹھا نا مینو تم صادق امام نظر آیا ہے جتھے ہی میں سڈ مارا تیر اٹھا نا مینو نظر کچھ آیا مولا معرفت یہ ہے معصوم فرمانے یہی معرفت ہے معرفت امام ہی دراصل معرفت توحید ہے امام دی معرفت ہی بندے نو توحید دی معرفت کرا دیندا ہے جتنے حضرات تشریف فرمائے معرفت ملدی کی ہے معصوم کو پوچھا گیا مولا معرفت حاصل کرن دا ذریعہ کیا ہے اس گل دا بندے نہیں بولنا تے بے شک نہ بولے میں آپ دا ضرور ہاں مولا فرمایا معرفت امام ہوندی ہے جو حکم امام تے
ਇਤਾਅਤ ਤੇ ਇਮਾਮ ਕਰਨ ਦੀ ਕੋਸ਼ਿਸ਼ ਕਰਨ ਦਾ ਨਾਮ ਹੈ ਮਾਰਫਤ ਇਮਾਮ। ਜਿਹੜੀ ਗੱਲ ਤੇ ਇਮਾਮ ਰੋਕਿਆ ਰੁਕ ਜਾਓ, ਜਿਹੜੀ ਗੱਲ ਤੇ ਇਮਾਮ ਛੱਡਿਆ ਲੰਬਾ ਇਤਾ ਇਹਨੇ ਗੱਲ ਇਹਨੇ ਹੈ ਜੇ ਕੋਈ ਨਾ ਕੋਸ਼ਿਸ਼ ਕੀਤੀ ਕੋਈ ਨਾ ਕੋਈ ਲੰਬਾ ਐਸਾ ਮਿਲੇ ਮਵਾਲੀ ਫਾਇਦਾ ਨਾ ਦੇ ਸੀ ਜਦ ਤੱਕ ਵਕਤ ਦੇ ਇਮਾਮ ਦੀ ਮਾਰਫਤ ਨਾ ਹੋ ਸਕੇ।
ਤੇਰਾ ਮੇਰਾ ਵਕਤ ਦਾ ਇਮਾਮ ਪਰਦੇ 'ਚ ਮੌਜੂਦ ਹੈ, ਅੱਖੀ ਦੇ ਅੱਗੂ ਪਰਦਾ ਹੈ, ਇਹਨੂੰ ਹਟਾਉਣ ਦੀ ਕੋਸ਼ਿਸ਼ ਕਰ, ਆਪਣੇ ਇਮਾਮ ਵਾਸਤੇ ਕੁਝ ਨਾ ਕੁਝ ਕਰ, ਕੋਸ਼ਿਸ਼ ਤਾਂ ਕਰਨ, ਉਸ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰ। ਦੁਨੀਆ ਇਤਨਾ ਨੂੰ ਮਜਬੂਰ ਕਰ ਦਿੱਤਾ ਹੈ ਅਤੇ ਦੁਨੀਆ 'ਚ ਗਰਕ ਹੋ ਗਏ ਹੈ, ਉਹਦਾ ਮਤਲਬ ਇਹ ਤਾਂ ਨਹੀਂ ਵੀ ਇਮਾਮ ਕੋਈ ਨਹੀਂ, ਇਮਾਮ ਮੌਜੂਦ ਹੈ, ਹਾਦੀ ਮੌਜੂਦ ਹੈ, ਰਹਿਬਰ ਪੇਸ਼ਵਾ ਮੌਜੂਦ ਹੈ, ਤੇਰੇ ਅਤੇ ਮੇਰੇ ਅੰਦਰ ਅੱਖੀ 'ਤੇ ਪਰਦਾ ਹੈ, ਉਸਨੂੰ ਹਟਾਉਣ ਦੀ ਕੋਸ਼ਿਸ਼ ਕਰਨ ਵਾਸਤੇ ਸਿਮਲਾ ਜਨਾਬ ਦੇ ਹਵਾਲੇ ਕਰੂੰਗਾ। ਢੇਰ ਸਾਰੇ ਜ਼ਹੀਨ ਚਿਹਰੇ ਨਜ਼ਰ ਆ ਰਹੇ ਨੇ, ਇਮਾਮ ਦੇ ਨੁਸਰਤ ਵਾਸਤੇ ਕੋਸ਼ਿਸ਼ ਕਰ, ਇਮਾਮ ਦੇ ਨੁਸਰਤ ਦੁਆ ਮੰਗੀ ਕਰ। ਮਾਸੂਮ ਫਰਮਾਉਂਦੇ ਨੇ ਕਮ ਅਜ਼ ਕਮ, ਇਹ ਮੇਰੀ ਗੱਡੀ ਹੁਣ ਵੀ ਕਿਤਾਬ ਮੌਜੂਦ, ਮੈਂ ਹੁਣੇ ਮਿੰਬਰ ਤੋਂ ਦਿਖਾ ਸਕਦਾ। ਮਾਸੂਮ ਫਰਮਾਉਂਦੇ ਜਿਹੜਾ ਸਾਡੇ ਬਾਹਰ ਵਾਸਤੇ ਫਕਤ ਦੁਆ ਮੰਗਦਾ, ਫਕਤ ਦੁਆ ਮੰਗਦਾ ਕਿ ਮੌਲਾ ਜਲਦੀ ਆ, ਬਾਹਰਵਾ ਜਲਦੀ ਆ। ਉੱਠੀ ਕਬਰ ਚ ਬਹਿਰਾ ਬਤੂਲ ਦਾ ਪੁੱਤਰ ਜ਼ਿਆਰਤ ਕਰਾਵਣ ਆਇਆ ਸੀ, ਕੋਸ਼ਿਸ਼ ਕਰ ਇਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦਾ। ਚਾਲੀ ਸ਼ਬਦ ਬੁੱਧ ਇੱਕ ਬਹੁਤ ਬੜੇ ਆਲਮ ਰਬਾਨੀ ਹੁਕਮਰਾਨ ਅਲਾਮਾ ਤਕੀ ਯਜ਼ਦੀ ਹੈਰੀ, ਇਹਨਾਂ ਕਿਤਾਬ ਲਿਖੀ ਹੈ ਮੁਲਾਕਾਤ ਤੇ ਇਮਾਮ ਜ਼ਮਾਨਾ ਮੋਟਾ ਦੇ ਲੇ ਤਨ ਬਿਸਮਿਲਲਾਹ ਅੱਧਾ ਘੰਟਾ ਪੜ੍ਹ ਕੇ ਮਰੀ ਸਮਝ ਨਹੀਂ ਆਉਂਦੀ, ਆੜੀ ਤੇ ਕਰਮ ਨਹੀਂ ਨਹੀਂ ਬਸ ਆਇਆ ਕਿ ਪੜ੍ਹ ਲਿਆ। ਮੈਂ ਤਾਂ ਤੁਹਾਡੀ ਮੁਹੱਬਤ ਦੇਖ ਕੇ ਮੈਨੂੰ ਮਲਾ ਜਨਾਬ ਦੇ ਹਵਾਲੇ ਕਰੋ, ਬਹੁਤ ਬੜੇ ਆਲਮ ਰਬਾਨੀ ਮੁਲਾਕਾਤ ਤੇ ਇਮਾਮ ਜ਼ਮਾਨਾ ਕਿਤਾਬ ਵਿੱਚ ਸਤਰ ਲਿਖੀ ਨੇ ਕਿ ਇੱਕ ਬੰਦੇ ਆਪਣੇ ਦੌਰ ਦਾ ਆਲਮ ਆਈ ਉਸ ਸ਼ਬੇ ਬੁੱਧ ਮਸਜਿਦ ਵਿੱਚ ਦੁਆ ਮੰਗ ਮੁਲਾ ਜਾ ਮੌਲਾ ਸਿਆਰ ਜਿਹੜਾ ਬੰਦਾ ਇੱਕ ਵਾਰੀ ਮੌਲਾ ਨੂੰ ਵੇਖ ਲੈਂਦਾ ਵਕਤ ਉਹ ਸਿੱਖਦਾ ਤੇ ਮੌਲਾ ਵੱਧ ਕਦਰ ਮਿਲ ਸਕੇ ਜਦੋਂ ਮਿਲਣਾ ਹੋਵੇ ਤੇ ਤੇਰਾ ਦਿਲ ਹੋਵੇ, ਤੇਰੇ ਅੰਦਰ ਹਸਰਤ ਤੜਪ ਪੈਦਾ ਹੋਵੇ, ਬਗਦਾਦ ਦੇ ਨਾ ਚੌਕ ਚ ਆਵਣੇ ਮੈਂ ਇਮਾਮ ਤੈਨੂੰ ਜ਼ਿਆਰਤ ਕਰਿਆ ਸੀ। ਕਾਫੀ ਅਰਸੇ ਬਾਅਦ ਮੈਨੂੰ ਬਣਿਆ ਮੌਲਾ ਨੂੰ ਜ਼ਿਆਰਤ ਕਰਾਂ ਤੇ ਟੁੱਟ ਪਿਆ ਕਰੂੰ, ਕੁਛ ਬੋਲਾਂ ਕੁੜਤਾ ਪਾਇਆ ਅਲਾਮਾ ਅਮਾਮਾ ਸਜਾਇਆ ਅਬਾ ਸਜਾਈ ਟੁੱਟ ਪਿਆ ਮੌਲਾ ਨਾਲ ਨੂੰ ਜ਼ਿਆਰਤ ਕਰਨਾ ਆ ਖਲੋ ਤਾਂ ਬਗਦਾਦ ਦੇ ਚੌਕ। ਹੁਣ ਜਿਹੜੇ ਚੌਕ ਜਿਹਨੂੰ ਕਿਸਮਤ ਖਲਾ ਰਹੇ ਆ ਨਾ, ਉਸ ਚੌਕ ਜਿਹੜੀ ਮੋਚੀ ਦੀ ਦੁਕਾਨ ਹੈ, ਮੋਚੀ ਜੁੱਤੀਆਂ ਬੈਠਾ ਕੱਢਿਆ। ਅੱਜ ਇੱਥਾਂ ਹੀ ਅਸਾਂ ਜਿਤਨੇ ਸਾਡੇ ਅਲਦਾਰ ਦੇ ਸ਼ਰੀਫ ਫਰਮਾ ਇਸ ਤੋਂ ਸਭੈਰ ਵਜਾ ਨਾ ਕਹਿ ਦੂਏ ਮੁਲ ਅਤੇ ਸਾਡੇ ਆਲੇ ਨਦੀਮ ਦੇ ਮਜ਼ਹਬ ਵਾਲੇ ਦੀ ਸੁਜਾਣ ਕਿੱਥੋਂ ਹੁੰਦੀ ਲਿਬਾਸ ਤੋਂ, ਇਹਦੇ ਗੱਲ ਹੈ ਤੂੰ ਮੋਚੀ ਆਖਿਆ ਪਿਆ ਤਾਂ ਲਿਬਾਸ ਤਾਂ ਲੱਗਦਾ ਮੈਂ ਸਾਡੇ ਮਜ਼ਹਬ ਦਾ ਆਲੇ ਨੇ। ਇਹ ਕਾਫੀ ਦੇਰ ਹੋ ਗਈ ਚੌਕ ਵਿੱਚ ਖਲੋਤਾ, ਜ਼ਰਾ ਵਜਾ ਮੈਂ ਮਤਲਬ ਦੀ ਮਦਦ ਕਰਨਾ। ਸਲਾਮ ਉਹਦਾ ਕਹਿੰਦਾ ਨਹੀਂ ਮੈਂ ਖਲੋ ਤਾਂ ਜਿਹੜੀ ਇੰਤਜ਼ਾਰ ਖਲੋ ਕੇ ਕਰਨਾ ਦੁਪਹਿਰ ਦੇ ਬਾਅਦ ਦੁਪਹਿਰ ਚੜ੍ਹਾਏ ਤੇ ਅਗਰ ਕੋਈ ਖਿਦਮਤ ਮੈਂ ਤੇਰੀ ਕਰ ਸਕਦਾ ਵਾ, ਅਗਰ ਜਨਾਬ ਇਜਾਜ਼ਤ ਦੇਵੇ ਉਹਦਾ ਕਹਿੰਦੇ ਨਹੀਂ ਨਹੀਂ ਟੁੱਟ ਜਾ ਮੈਂ ਕਹਿ ਦੇ ਇੰਤਜ਼ਾਰ ਪਿਆ ਕਰਨ ਮੇਰੇ ਇਸ਼ਕ 'ਚ ਖਬਰ ਲੱਭਾ ਹਾਏ ਹਾਏ ਪਰ ਹੋਵੇ ਨਾ ਪਰ ਗੁਲਾਮ ਵਾਸਤੇ ਸਭ ਉੱਡ ਕੇ ਸਤਰ ਰੱਖਿਆ
ਮੋਚੀ ਵਰਤ ਆ ਗਈ ਸ਼ਾਮ ਹੋਈ ਕੰਮ ਕਰੀ ਦੂਜੀਆਂ ਗੱਡੀ ਬੈਠਾ ਇਹ ਸਾਰੀਆਂ ਚਾਹ ਕੇ ਨਾ ਇਕੱਠੀਆਂ ਕਰਕੇ ਇਹਨੇ ਗੱਡ ਬਣਾ ਕੇ ਇਹ ਸਕਦੀ ਸੀ ਵਾਤ ਆਖਣਾ ਅਲਾ ਮਸਾਹ ਸ਼ਾਮ ਹੋ ਗਈ ਹੈ ਮੈਨੂੰ ਘਰ ਵੀ ਆਵੇ ਨਾ ਅਗਰ ਤੈਨੂੰ ਕਹਿ ਸ਼ਾਹ ਦੀ ਲੋੜ ਹੋਵੇ ਤਾਂ ਮੈਂ ਤੇਰੀ ਮਦਦ ਕਰ ਸਕਦਾ ਮੈਂ ਅਗਰ ਜ਼ਮੀਨ ਨਾਲ ਵੰਡ ਹੋਵਾਂ ਤੇਰੀ ਜੁਰਤ ਹੀ ਨਹੀਂ ਤੂੰ ਇਮਾਮ ਦੀ ਜ਼ਬਤ ਬੋਲੇ ਨਹੀਂ ਮੈਂ ਤੇਰੀ ਮਦਦ ਕਰ ਸਕਦਾ ਉਹਦਾ ਕਹਿੰਦੇ ਨਹੀਂ ਟੁੱਟ ਜਾ ਮੈਂ ਕਹਿ ਲੈ ਇੰਤਜ਼ਾਰ ਪੇ ਕਰਦਾ ਕਿ ਮੱਦਾ ਕਹਿ ਸ਼ਾਹ ਦੀ ਲੋੜ ਹੋਵੇ ਮੈਂ ਦੁਕਾਨ ਬੰਦ ਕਰਕੇ ਘਰ ਪੀ ਆਵਾਂਗਾ ਮੈਂ ਤੇਰੀ ਮਦਦ ਕਰ ਸਕਦਾ ਉਹਦਾ ਕਹਿੰਦੇ ਟੁੱਟ ਜਾ ਮੈਨੂੰ ਕਿਸੇ ਦੀ ਇੰਤਜ਼ਾਰ ਹੈ ਮੋਚੀ ਦੇ ਪਾਸ ਦੇ ਕਦਾ ਲਾਮਾ ਅਗਰ ਨਾਰਾਜ਼ ਨਾ ਹੋਵੇ ਤਾਂ ਕਿਦਾਂ ਹੀ ਆਪਣੇ ਇਮਾਮ ਦਾ ਇੰਤਜ਼ਾਰ ਕਦੀ ਪਿਆ ਕਰੇਗਾ ਉੱਚੇ 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 ਹੈ ਇਮਾਮ ਮੇਰੇ ਘਰ ਮੇਰੇ ਮਹਿਮਾਨ ਸਲਾਮ ਹੈ ਜਵਾਨੀਆਂ ਬਾਬਾ ਸਲਾਮ ਹੈ ਤੇਰੀ ਚਿੱਟੀ ਦਾੜੀ ਨੂੰ ਮੈਂ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਇਮਾਮ ਮੇਰੇ ਘਰ ਮੇਰੇ ਮਹਿਮਾਨ ਤੇਰੇ ਘਰ ਇਮਾਮ ਉਹਦਾ ਕਿ ਹਰ ਨਹੀਂ ਉਹਦਾ ਕਿ ਆਓ ਅਲਾਮਾ ਸਾਹਿਬ ਉਹਦਾ ਕਹਿੰਦਾ ਹੁਣ ਕੀ ਆ ਅਲਾਮਾ ਉਹ ਅਮਾਮਾ ਲਾਇਆ ਉਹਦਾ ਕਹਿੰਦਾ ਨਾ ਹੁਣ ਤੂੰ ਅੱਗੋਂ ਟੁਰ ਮੈਂ ਤੇਰੇ ਪਿੱਛੇ ਟੁਰ ਸਕਦਾ ਉਹ ਜਿਹੜੀ ਹਸਰਤ ਲਾਇਆ ਹੈ ਨਾ ਦਿਲ ਵਿੱਚ ਉਹ ਮੁੱਕ ਗਈ ਆਪ ਨੂੰ ਛੋਟੇ ਬੰਦੇ ਕੋਲ ਨਾ ਕਸ਼ ਚੰਗੀ ਆਵਦੇ ਨਾ ਬੰਦਾ ਅੰਦਰੋਂ ਸੜਦਾ ਤਾਂ ਹੈ ਇਹ ਅੰਦਰੋਂ ਅੰਦਰੋਂ ਨਾ ਖਵਿੰਦਾ ਬਈ ਇਹ ਮੌਲਾ ਆਵਣਾ ਜਾਈ ਤਾਂ ਮੇਰੇ ਘਰ ਆਵੇ ਹੈ ਮੌਲਾ ਮੋਚੀ ਦੇ ਘਰ ਲੱਗੇ ਆਏ ਮੈਂ ਬਣਾ ਮੋਚੀ ਕੋਲ ਕਸ਼ ਹੈ ਮੌਲਾ ਦੇ ਬਹਾਵਣ ਦੀ ਜਾਈ ਚੰਗੀ ਦੋਸੀ ਮੇਰੇ ਪਤੀ ਤਾਂ ਅੰਦਰੋਂ ਅੰਦਰੋਂ ਸੋਚਿਆ ਦਮ ਦਰਵਾਜ਼ੇ ਤੇ ਆ ਕੇ ਮੋਚੀ ਵਾਲੇ ਤੇ ਰੁਕ ਜਾ ਇਹ ਮੌਲਾ ਉੱਤੇ ਤੇਰੇ ਲਾਇਆ ਦੋ ਥੱਲੇ ਕਮਰੇ ਨੇ ਉੱਥੇ ਕਮਰਾ ਹੀ ਚਪਾ ਤੇ ਮੈਂ ਮੌਲਾ ਤੋਂ ਇਜ਼ਮ ਲਈ ਆਵਾ ਮੌਲਾ ਤੈਨੂੰ ਮਿਲਣਾ ਹੀ ਚਾਹੁੰਦੇ ਨੇ ਜਾਂ ਨਹੀਂ ਮਿਲਣਾ ਚਾਹੁੰਦੇ ਇਹ ਇੱਥੇ ਹੀ ਰੁਕ ਗਿਆ ਇਹ ਮੋਚੀ 14 ਸੀੜੀਆਂ ਹੈ ਇਸ਼ਕ ਦਾ ਸਜਦਾ ਅਦਾ ਕਰਕੇ ਨਾ ਮੋਚੀ ਮੌਲਾ ਕੋਲ ਪਹੁੰਚਿਆ ਮੌਲਾ ਫਲਾ ਬੰਦਾ ਮਿਲਣਾ ਮੌਲਾ ਫਰਮਾਇਆ ਨੂੰ ਲਾਇਆ ਗੱਲ ਸੁਣੀ ਖਾਨਦਾਨ ਪਾਕ ਦਾ ਅਦਬ ਸਿੱਖੋ ਇਹ ਖਾਨਦਾਨ ਪਾਕ ਆਮ ਖਾਨਦਾਨ ਪਾਕ ਨਹੀਂ ਬਾਕੀ ਆਪਣੇ ਮਿੰਬਰ ਤੇ ਜਿਵੇਂ ਖਲੋ ਕੇ ਦਾਖਲ ਦਾ ਜਿਵੇਂ ਦਿਲ ਆਦਾ ਹੈ ਨਾ ਪਾਕ ਚਾਹੀਦੇ ਆਪਣੀ ਆਪਣੀ ਮਰਜ਼ੀ ਹੈ ਇਹ ਇਤਨਾ ਅਦਬ ਵਾਲਾ ਖਾਨਦਾਨ ਹੈ ਕਿ ਕੁਰਾਨ ਦੀਆਂ ਉਹ ਪਰਦੇ ਵਾਲੀਆਂ ਆਇਤਾਂ ਜਿਨ੍ਹਾਂ ਨੂੰ ਅੱਲਾ ਹੀ ਜ਼ਾਹਿਰ ਨਹੀਂ ਕੀਤਾ ਕਿਉਂਕਿ ਬਾ ਅਦਬ ਬਾ ਮੁਰਾ ਬੇ ਅਦਬ ਬੇ ਮੁਰਾ ਅੱਜ ਕੱਲ੍ਹ ਸੁਣੀ ਥਾਈ ਮੌਲਾ ਮੌਜੂਦ ਹੋਵੇ ਤੇ ਦਰਮਿਆਨ ਵਿੱਚ ਕੁਰਸੀ ਮੌਲਾ ਦੀ ਹੋਵੇ ਤੁਸੀਂ ਦੇਖ ਰਹੇ ਹੋ ਤੇ ਮੈਂ ਦੇਖ ਰਿਹਾ ਹਾਂ ਮੇਰੀ ਜ਼ਰੂਰਤ ਹੈ ਮੈਂ ਮੌਲਾ ਦੇ ਸਾਹਮਣੇ ਮੁਕੱਦਰਾਤ ਇਸ ਮੱਬੀ ਦੀਆਂ ਦੇਣਾ ਚਾਹੋ ਬੋਲੋ ਸਿਰ ਤਾਂ ਹਲਾ ਹੋ ਜਾ ਯਾਰ ਨਾ ਬੋਲੋ ਇਹਨਾਂ ਦੀਵਾਰਾਂ ਤੋਂ ਆਵਾਜ਼ ਆ ਸੀ ਬਰੋ ਦੇ ਮੈਂ ਸ਼ਰਤ ਮੈਂ ਇਮਾਮ ਦਾ ਪੈਗਾਮ ਦੇ ਕੇ ਜਾ ਰਿਹਾ ਇਤਨਾ ਅਦਬ ਤਾਂ ਬੰਦੇ ਚ ਹੋਣਾ ਚਾਹੀਦਾ ਜ਼ਿਕਰ ਕਹਿੰਦਾ ਹੈ ਜਿਨ੍ਹਾਂ ਦੇ ਸਦਕੇ ਅੱਲਾਹ ਕਾਇਨਾਤ ਖਲਕ ਕੀਤੀ ਉਹਨਾਂ ਦੇ ਸਦਕੇ ਸਾਡੀ ਬਖਸ਼ਿਸ਼ ਹੋ ਗਈ ਤੇ ਸਾਨੂੰ ਉਸ ਖਾਨਦਾਨ ਦੇ ਪਾਕ ਦਾ ਅਦਬ ਨਾ ਹੋਵੇ ਬੰਦਾ ਪਿਓ ਦਾ ਨਾ ਰੁੱਖ ਚਾਵੇ ਨਾ ਇਹ ਮੇਰੇ ਮਿੰਬਰ ਦੇ ਖਿਲਾਫ ਤੇ ਹੱਥ ਹੈ ਲੈ ਜਾਏ ਹੁਸੈਨ ਦਾ ਘਰ ਹੈ ਅੱਲਾਹ ਦਾ ਘਰ ਹੈ ਮੈਂ ਬਾਵਜੂਦ ਖਲੋਤਾ ਮੈਂ ਤੇਰੇ ਕੁਰਾਨ ਸਖਤ ਰੱਖ ਦਿੰਦਾ ਤੇਰੇ ਛੇ ਮੌਲਾ ਪਰ ਫਰਮਾਇਆ ਜਿਹੜਾ ਬੰਦਾ ਪਿਓ ਦਾ ਛੜਾ ਰੁੱਖਾ ਨਾ ਚਾਵੇ ਮੌਲਾ ਫਰਮਾਇਆ ਪਿਓ ਆਪ ਕਰੇ ਨਾ ਕਰੇ ਸੱਚਾ ਦਾ ਆਪ ਦਰ ਛੜੇ ਲੈ ਪਿਓ ਜਿਤਨੀ ਇੱਜ਼ਤ ਨਹੀਂ ਕਰਦਾ ਮੈਂ ਕਹੋ ਹਾਂ ਸਹੀ ਬਾਤ ਹੈ ਕੁਝ ਤਾਂ ਇਤਨੀ ਗੈਰਤ ਹੋਣੀ ਚਾਹੀਦੀ ਹੈ ਬੰਦੇ ਦੇ ਅੰਦਰ ਕਿ ਖਾਨਦਾਨ ਦੇ ਪਾਕ ਦਾ ਨਾਮ ਕੀ ਵਿੱਚ ਆਉਣਾ ਚਾਹੀਦਾ ਅੱਲਾਹ ਕਰਨਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਤੇ ਤੁਸਾਂ ਸੰਦੇਸ਼ ਉਹ ਦਾ ਲੱਗ ਕੇ ਖਰੋ ਨਾ ਸਹੀ ਬਾਤ ਹੈ ਤੁਸਾਂ ਦਿਲੇ ਕਰ ਛੋੜਿਆ ਅੱਲਾਹ ਕਰਨ ਉਹਨਾਂ ਦੀ ਦਿਲ ਆ ਦੀ ਮਰਜ਼ੀ ਕਰ ਕੇ ਦੋਸਤ ਕਰ ਲਈ ਬਈ ਕੋਸ਼ਿਸ਼ ਕਰੋ ਜੀ ਪਰ ਪੜਨ ਵਾਲਾ ਮੁਝੇ ਨੇ ਸੁਣਨ ਨਹੀਂ ਤੁਲੋ ਕੋਸ਼ਿਸ਼ ਕੀਤੀ ਖਾਨਦਾਨ ਨਾ ਦੱਸੋ ਮੁਕੱਦਰ ਆਪ ਦੀ ਸਮਤ ਬੀਬੀਆਂ ਦੇ ਬੱਚਿਆਂ ਨੂੰ ਨਾ ਤਾਲੀਮ ਦਿਓ ਘਰ ਬੈਠ ਕੇ ਦਿਓ
घर समझाओ जरूरी मिंबर तो दसना है मजमा आम भी दसना है कोशिश करो बस मुकाला सीढ़ियां चढ़ दो ना मौला को ला हूँ हालत के है मौला चार पाई का बेचे त्राए पावे है चौथा पावे ही कोई नहीं पत्थर की टेक लगी है चौथे पाए तकिए की टेक ला के ना बतूल का पुत्र खून बैठा रो गया अगे बने कदम अध्यक्ष है मौला मेरा सहारा आखिर सतर बदलदी खुद बाद में प्रण कर दे इन कदम अध्यक्ष है मौला मेरा सहारा मौला फक दे मेरा सहारा मौला बाकी सवाल का मेरे दिल च रह गए मौला ये दसो मोची ते मेरे फर्क कितना है जो मोची दे घर आवना पसंद कीता ने ते मेरे घर आवना पसंद नहीं कीता مولا فرمانے دلیل تے اتنی ہے جڑی ختم ہی نہیں ہوندی ہے جو میں امام ہاں تے میں تینوں وکھا دیواں تے تیرے تے موچی دی فرق کی ہے خدا کے مولا وکھا دی اور سجے پاسے نا دیوار والے بروشر دام ائی الماری ہے اب جوانی والے جو بڑے کام کر شروع کر پے جی یہ وچوں نا امام نے رومال کڈیا رومال کڈ کے فرمایا کیڑا بندا ہے رومال میرے تک سب کو پہلے لایا سی نا وہ دوجے نال افضل ہو سی اور مال مولا نے فضا دے حوالے کی ہن او مولوی بھی ڈٹھا تے موچی ڈٹھا ہن مولوی لتھا سیڑی والے پاسوں بھائی دو ونجا تے موچی دتا تھاک اس پاسوں او ہن موچی سیڑیا چڑھدا پیا ہائی مولوی لنگا پیا رومال ہائی سر تے تے یہ چڑھدا ہی ہے تے چڑھدا ہی ہے تے موچی چڑھدا ہے تے مولوی نال ہٹدا ہے تے بالا فرمان ویکھ لے موچی تیرے تو افضل ہے موچی دے پاس لے کر لگا گل تے سمجھا کہ میں سیدھی والے پاس لکھا تے میری ان گل جوان نال آ گئی اتنے جوان نال دار تصریف فرما سر کے میں بزرگاں دی داد ہی ہو گئی دوائی ہو گئی اتنی ہو گئی میں کوئی جلسہ نہ کراں تھوڑی آیا میں تے پیغام دے وڑا مگر یاد رکھے مہینے تو بعد ہفتے گردے ہفتے تو بعد دن گردے دن تو بعد گھنٹے گردے گھنٹے تو بعد منٹ گردے منٹ تو بعد سیکنڈ گردے سکیٹر چھوٹا لمحاؤں دا ہین دا بس وہ فرمانی تھے آکے توڑے عرفا دی علماء دی کائنات دی ہر مورک دی حد مکوی دی اس کے بعد مولا کشن کر دی بس وہ فرمانی اسا سا کر دی آئے 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 پورا محمود کور دور کے میرے ہاتھ رکھ کے میں نکار کر دی مولا فرمانی اسا سا کر دی مولا وجہ مولا فرمانی سا تانگر دی ہے مدد کا احسائد میرے داد علی دی ولایت دا اقرار کرے ہوندا ہو کوشش کی تھی کر زندگی ایسی گزار اپنے امام واسطے کچھ نہ کچھ کر کوشش کر اپنے امام دی معرفت حاصل کر لی اس امام دے بارے سوچیا کر جڑا اج 1250 سال ہو گئے فرد وچ پانی نہیں خون بیٹھا رہ گیا ہائے وہ بندہ نہ کرے جڑا امام دا لگدا نہ ہوے ہائے ہائے
جن امام دا ارمان ہے نا وہ بندہ ہائے کرے میں کہ 1250 سال ہو گئے پردے گئے وچ پانی نہیں خون بیٹھا ہوا ہے تے خون رو کے جوانی مانیا دا کے بیٹھا گل ہی کا کرے ہے تے وقت کئی بار خون روندا ہے تے ہولے ہولے تے بیٹھا اللہ او میرا رحمان اللہ او میرا رحیم اللہ مینو عزت دے نا میں زمانے تو من پوچھا میری دادی دا جرم کیڑا غربت پڑھنی ہے حسین دی چھوٹی دھی میں گل تین سمجھاونی ہے یہ گل تین قادم سمجھ آ گئی نا حکم ہے تہاڈا تے حاضری ہو گئی میری زندگی بڑی کوشش کر کے سترا کھوان ترائے رشتے نہ بلور چہرے میں کسرت رہے پھلے ماما بہنہ کی کسرت پانے پردی اللہ محافظ ہونے یاد رکھے ترائے رشتے جنازہ تم اوکھا چھوڑے گئے یہ میں تنہوں سمجھا نہیں کہ پرنے لوڑ نہ رہا سی ترائے رشتے جنازہ بہن اوکھا چھوڑے گئے پہلا رشتہ جڑا جنازہ اوکھا چھوڑیندا ہے اگر مرن والے دی ماں جیندی ہوے اگر ماں جیندی ہوے نا تو نہ جان دے اور ایک سال کوئی گھر اثر نہیں جن موت نہیں روایا ہاتھ لگا کے جنازے دفنائے نے ماں میت دا پاور نہ پھیندی ہے تے نپ کے آ دی اے میرے رلے دفنا چھوڑو اے دے بعد میں دنیا تے کی کرنا ہے دے بعد جیمڑا کوڑ ہے دوجا رشتہ بابا صاحب رتبیری ادادار ہو جڑا اوکھا جنازہ چھوڑے دے اگر مرن والے دی بہن دی دی ہوے اج بہن دی دور دی وستی ہوے نا شادی دور ہوے تے گھر مر کو ہے نا تے لوگ اطلاع دی دے دی بی تیرا گھر مر گیا لوگ اطلاع دے دی بی تیرا گھر آخری ویلے یاد کیتے اگو بہن دے دل اونے لبو جنے نے ہاتھ دی رکھ شاہ بھول کر دیے تاک بلاوڑ یاد نہیں رہندے پتراں نو انگل نال لا کے جوانی نہ جمانے کری ہائے چھوڑنا چاہندا ٹرندی ہے تے رو رو کے آ دیے جلدی ٹرو مینوں لگدا ہے میرے تے لٹ پائے گئی ہے اللہ اکبر بندے امیر ہے جڑی ہے نہیں ہے یار او جوانی یار اج بڑو ہے قبول ہو گئی بابا نو کرا میں پتھر دے دے پہ جا کے ملی کر ہے کیتی کر عیسائی کہہ دے پاس نال غریب رت بیٹھا ہوا ہے کتنا روندی ہے کتنے رہن کر دیے کوئی بندہ لکھ نہیں سکتا نہ کوئی شمار کر سکتا تریجا رشتہ جڑا میت اوکھا چھوڑے دے اگر مرن والے دی تھی جیندی ہوے اے دل خانے او تھی میت دا پاور ٹپ پاندی اے تے گل ہی کا کرندی اے بابا تو تا ٹرے اوندا اے تیرے ٹر وجن دے بعد اللہ جانے میرا ماں دی اپنی گل نہیں بابا تیرے ٹر وجن نہ کرا بابا تیرے ٹر وجن دے بعد میرا ماں دی گل نہیں کوئی آون دے وے نہ آون دے وے بابا ایں سا جے مہمان آوا دے اللہ مان دے اللہ مان دے بابا تو کٹڑے آوے تے تیرے ٹر وجن دے بعد پھر آون دی اپنی مرضی بابا نوکرا میں تو تھک دے بابا تیرے ٹر وجن دے بعد میرے تپے کبوا بند پیا ہو بابا بھرا وان دی مرضی کوئی آ من دے نہ من دے بابا تیرے ٹوڑ وچن دے بعد بھرا وان دی اپنی مرضی جی بابا کوئی آ من دے نہ من دے اتنی گلاں میں تو
سمجھ آئی مقتل دی سمجھ ہوئے ہونا قرآن کتاب دا نام ہے مدینہ سے مدینہ تک لکھنا لے علامہ ناصر عباس جاڑا مر جاواں تے 70 مہینہ کھاؤ مت بھی کیڑا دیندی ہے نہیں جی ترے رشتے مطلب دسے دو رشتے کربلا چ موجود ہیں امام حسین بادشاہ دی بہن ہی موجود ہیں امام حسین بادشاہ دی اندھی ہی موجود ہیں مینو ممبر دی قسم ہے یا نو حصے اچ لاش آئی جڑے ویلے بہن آئی ہے پتھراں دا ڈھیرا اینجے بے اولاد بہن دے پاس لے کے اگے بھلن لینا کن لتھا پائی تھائی آئی اج پتھر ڈھیر ڈھیر لگدا ہے بھرا پتھرا چ لکدی ہے جتنی دیر مگر پہلے میرے بھرا دی قبر تے لے جاؤ او بندہ ہی امیر ہے جڑا ذکر چاہے تے ہائے نہیں آندی بھرا دی قبر تے آ کے جھڑ پوندی ہے سجا ہاتھ قبر تے رکھ کے آگے بھرا تیرے بغیر جیون تے کوڑ ہے مجبوری ہے بہتی پیا بل جلدی آسا جی ہوں تھی ہے نہیں آئی سوالی آ ممبر دی قسم ہے بہر تے قبر نہیں چھڑی دی اللہ جانے علی دی دھی دی مجبوری کیڑی آئی جناز چھوڑ کے ٹر پئی ہے اینے چار قدم چالیا مڑ کے آ دی آئی مجبوری آ تن سونا کفا محمل تیار ہو گئے شمر کائنات کا شکی تنگ انسان ہے مگر سادہ تھے جلدی کر محمل چور حسین ہاتھ جوڑ کے آدھے مار تلے اتنی اگ لئی وینا ہکا تو چھوڑی وانا اے آدھا کیوں رہنا چاہنے بی بی آدھے تا رہنا چاہنے آدھے ڈور وجڑ دے بعد چورستے دے وج کھلو سا اے تو رائی گزر سے انہوں نے آگ سا آم نہیں ہے بطول دا پتر ستا ہو رہا ہے او میں سچ کہتی ہوں کہ بابے دی کبری بڑھ پاسی بابے نے سوڑا کربلا تو شام تک میل آئی کمرے سفر نہیں 1600 میل آئی یا 1440 میل آئی یہ سفر نہیں علی دیا دھیاں کا قبرستان آئی اور میں سچ کہتا ہوں اوکھے بازار میں حسین بادشاہ کی تھی
ਬਾਗਾਂ ਦੇ ਜਿਹੜੇ ਚੌਕ ਦੇ ਮੁਸਲਮਾਨ ਮਾਰੇ ਨਾ ਨਾ ਹਰ ਭੈਣ ਭਰਾ ਸੜੇ ਲਈ ਇਹ ਹੁਸੈਨ ਦੀ ਉਹ ਗਰੀਬ ਥੀਏ ਜਿਹੜੇ ਵੇਲੇ ਮਾਰੇ ਨਾ ਨਾ ਸਜਾਦ ਮੌਜੂਦ ਆਈ ਤੇ ਸਜਾਦ ਨੂੰ ਨਹੀਂ ਛੱਡੇ ਦੀ ਇੱਕ ਸਜਾਦ ਮੌਲਾ ਕੇ ਜਿਹੜੇ ਜਿਹੜੇ ਵੇਲੇ ਕਾਤਲ ਮਰੇ ਨੇ ਮੇਰੇ ਨਾ ਹਕਲ ਕਿਉਂ ਨੇ ਮਰੇ ਲਈ ਟੰਡਾ ਸਾਹਿਬ ਆ ਕਹਿੰਦੇ ਮਜਬੂਰੀ ਹੈ ਤੈਨੂੰ ਸੱਡਾ ਤੂੰ ਹਾਲਤ ਵੇਖੇ ਮਤ ਬਾਜ਼ਾਰ ਚ ਮਰਫੋ ਹੈ ਸਜਾਦ ਮੇਰੀ ਮਜਬੂਰੀ ਹੈ ਮੇਰੇ ਕੋਲ ਤੇਰਾ ਜਨਾਜ਼ਾ ਨਹੀਂ ਗਰਮੀ ਹੋਇਆ ਛੱਤ ਕੋਈ ਨਹੀਂ ਦੱਸਾਂ ਜਿੰਦਾਂ ਨੇ ਚਲੀ ਦੀਆਂ ਧੀਆਂ ਦੀ ਲਿਖਦੀ ਕਿਵੇਂ ਨਹੀਂ ਮੇਰੀ ਕੋਈ ਲਾਗਰੀ ਨਹੀਂ ਗਰਮੀ ਕਰਦਾ ਆਪਣਾ ਕਰਦੇ ਜੇ ਸਤਰ ਤੇ ਹੈ ਕਰੇ ਤਾਂ ਮੈਂ ਜਿਮਲ ਆਖਾਂ ਜਿਹੜੇ ਵੇਲੇ ਸੁਬਾ ਤੋਂ ਸੂਰਜ ਚੜਿਆ ਨਾ ਗਰਮੀਆਂ ਦਾ ਅਲੀ ਦੀਆਂ ਦੀਆਂ ਝੰਡੇ ਦੀ ਵਾਸਤੇ ਸਹਿਤ ਲਈ ਯਤੀਮ ਇਕੱਠੇ ਕਰੇ ਦੁਪਹਿਰਾ ਤੇ ਆਵੇ ਆ ਉਹ ਮਹਿਮੂਦ ਕੋਟਾ ਲਿਆ ਮਤ ਰੱਖੂ ਦੀ ਸ਼ਕਲ ਬਣਾਵੇ ਨਾ ਯਤੀਮਾ ਤੇ ਸਾਇਆ ਬਣਾ ਕੇ ਹੌਲੇ ਹੌਲੇ ਆ ਜਨਾਬਾ ਅਸ ਔਖੀ ਵਧੀ ਲਿਖਦੇ ਹੈ ਅੱਲਾਹ ਅੱਲਾਹ ਫਰਮਾਈ ਇੰਤਜ਼ਾਰ ਕੋ ਕਾਵਾ ਹਰ ਬੀਬੀ ਨਾ ਦੀਵਾਰ ਨਾਲ ਮੱਥਾ ਨਾ ਪਾਵੇ ਹੁਸੈਨ ਦੀ ਨਾ ਜ਼ਿੰਦਾਨ ਦੇ ਦਰਵਾਜ਼ੇ ਦੀ ਸਲਾਖਤ ਮੱਥਾ ਨਾ ਪਾਵੇ ਪੁੱਤਰ ਖੂਨ ਸਾਫ ਕਰਦਾ ਹੁਸੈਨ ਬਾਦਸ਼ਾਹ ਦੀ ਧੀ ਬੈਠੀ ਜ਼ਿੰਦਾਨ ਦੇ ਦਰਵਾਜ਼ੇ ਤੇ ਸ਼ਾਮ ਦਾ ਵਸਤਾ ਨਾ ਚਾਰ ਸਾਲ ਦੀ ਧੀ ਨੂੰ ਲੈ ਕੇ ਬਾਬਾ ਅਗਰ ਇਜਾਜ਼ਤ ਦੇਵੇ ਤਾਂ ਮੈਂ ਇਸ ਛੋਟੀ ਕੈਦਣ ਨੂੰ ਮਿਲਣਾ ਵਾ ਹੈ ਬੱਚੜਾ ਕਿਉਂ ਮਿਲਦੀ ਹੈ ਬਾਦਸ਼ਾਹ ਦੇ ਬਾਬਾ ਨੂੰ ਤੂੰ ਕਿਉਂ ਮਿਲਣਾ ਚਾਹੁੰਦੀ ਹੈ ਇਹ ਗੱਲ ਹੈ ਜਿਹੜੀ ਅੰਦਰੋਂ ਖਾ ਗਈ ਹੈ ਠੰਡਾ ਸਾਹਿਬ ਕਹਿੰਦੇ ਬਾਬਾ ਤੇਰੀ ਕਸਮ ਹੈ ਨਾ ਮਿਲਣਾ ਹਾਂ ਇਸ ਬੱਚੀ ਦੀ ਗੁਰਮਤ ਨਾ ਮੈਨੂੰ ਅੰਦਰੋਂ ਖਾ ਗਈ ਹੈ ਛੋਟੀ ਕਹਿੰਦੇ ਮੇਰਾ ਸਲਾਮ ਬੀਬੀ ਆ ਜੀ ਮੇਰੇ ਸਲਾਮ ਹੈ ਬੀਬੀ ਤੇਰਾ ਨਾਂ ਕਿਆ ਹੈ ਬੀਬੀ ਪਾਕ ਠੰਡਾ ਸਾਹਿਬ ਬਣ ਕੇ ਫਰਮਾਇਆ ਮੇਰਾ ਨਾਂ ਤਾਂ ਬਾਬੇ ਆਪਣੀ ਮਾਂ ਦੇ ਨਾਂ ਤੇ ਰੱਖਿਆ ਹਾਂ ਸੀਨੇ ਤੇ ਸਮਝਦੀ ਹੈ ਪਿਆਰ ਤੋਂ ਬਾਬਾ ਮੈਨੂੰ ਮਾਸੂਮ ਦਿੰਦਾ ਹੈ ਇੱਜ਼ਤ ਵਾਲੇ ਹੋ ਅਗਲਾ ਸਵਾਲ ਕਰਨੇ ਹੈ ਬੀਬੀ ਵਤਨ ਕਿਹੜੇ ਹੈ ਜ਼ਾਤ ਦੀ ਕੌਣ ਹੈ ਹੁਸੈਨ ਦੀ ਧੀ ਅੱਗੇ ਦਰਵਾ ਜਿਹਦਾ ਸ਼ਰੀਫ ਉਜੜ ਜਾਵੇ ਨਾ ਵਤ ਵਤਨ ਤੇ ਜ਼ਾਤ ਨਹੀਂ ਪੁੱਛੀ ਨਹੀਂ ਹੈ ਅਗਲਾ ਸਵਾਲ ਕਰਨੇ ਬੀਬੀ ਨਰਾਜ਼ ਹੋ ਗਏ ਇੰਨੀ ਛੋਟੀ ਉਮਰ ਚ ਇਹ ਇੰਨੀ ਔਖੀ ਨੂੰ ਕੈਦ ਪਈ ਨਿਭਾਉਂਦੀ ਹੈ ਕੋਸ਼ਿਸ਼ ਕਰੇ ਯਾਰ ਹੈ ਕਰ ਛੋੜੇ
ਮੈਂ ਸਦਕੇ ਦੀਵਾ ਹੱਥ ਜੋੜ ਕੇ ਆਦੇ ਬੀਬੀ ਨਾਰਾਜ਼ ਨਾ ਹੋਵੇ ਨਾ ਲੱਖ ਜੋ ਤੇਰੇ ਬਾਬੇ ਨੂੰ ਮਾਰਨ ਵਾਲਾ ਤੇਰੇ ਬਾਬੇ ਦਾ ਭਰਾ ਕੋਈ ਨਹੀਂ ਜੋ ਮਦਦ ਨਸਕੀ ਦੀ ਬੀਬੀ ਆਦੀ ਨਰਵਾ ਮੇਰੇ ਸੋਹਣੇ ਚਾਚੇ ਆਏ ਚਾਚਾ ਜਿਹਦਾ ਨਾਂ ਆਬਾਸ ਆਈ ਉਹ ਇਤਨਾ ਬਹਾਦਰ ਆਈ ਜਿਹਦੇ ਆਸਰੇ ਤੇ ਕਰਨ ਲਾਇਆ ਬੱਚਿਆਂ ਦੀ ਹੈ ਬੀਬੀ ਉਹ ਕਿਣ ਗਿਆ ਬੀਬੀਆਂ ਦੀ ਉਹ ਨਹਿਰ ਕਿਨਾਰੇ ਪਾਣੀ ਭਰਨ ਗਿਆ ਉਹਦੇ ਹੱਥ ਕਲਮ ਹੋਏ ਉਹ ਕਰਬਲਾ ਸਦ ਗਿਆ ਮੈਂ ਸ਼ਾਮ ਆ ਗਈਆਂ ਮੁਲਕਾਂ ਦੀ ਹੋਈ ਕੋਈ ਨਾ ਬੀਬੀਆਂ ਦੀ ਹਰਾ ਮੁਹਰਾ ਮਾਈ ਮੈਂ ਚਾਚੇ ਨਾਲੋਂ ਰੱਸੀਆਂ ਪਾ ਕੇ ਗੁਜ਼ਰੀ ਆਏ ਮੈਂ ਵਧਾ ਕੇ ਆਖਿਆ ਚਾਚਾ ਤੂੰ ਸਮਗੀ ਆਏ ਮੈਂ ਸ਼ਾਮ ਹੋਈ ਵਹਿੰਦੀਆਂ ਚਾਚਾ ਮਿੰਨਤ ਕਰੇ ਦੀਆਂ ਇੱਕ ਵਾਰੀ ਸ਼ਾਮ ਮਿਲਣ ਜ਼ਰੂਰ ਆਵੇ ਅੱਲਾ ਮਾਨ ਮਈ ਮੇਰੀ ਤਵੱਕੋ ਤੋਂ ਜ਼ਿਆਦਾ ਸੋਹਣੀ ਹੈ ਬੈਠਾ ਕਰੇ ਦੇ ਬੱਚੀ ਆ ਗਈ ਬੀਬੀ ਨਾਰਾਜ਼ ਨਾ ਹੋਵੇ ਮੇਰਾ ਆਖਰੀ ਸਵਾਲ ਇਤਨੇ ਜੋ ਤੁਹਾਡੇ ਦੁਸ਼ਮਣ ਆਏ ਹਾਏ ਬੀਬੀ ਤੇਰਾ ਆਪਣਾ ਭਰਾ ਕੋਈ ਨਹੀਂ ਬੀਬੀ ਆਦੀ ਹੈ ਮੇਰੇ ਤਰੇ ਭਰਾ ਹੈ ਦੋ ਕਰਬਲਾ ਮਾਰੇ ਗਏ ਹੁਸੈਨ ਦੀ ਆਖ ਚੁੱਪ ਕਰ ਗਈ ਹੈ ਬੱਚੀ ਆਦੀ ਹਾਏ ਬੀਬੀ ਤੇਰਾ ਤਰੀਆ ਭਰਾ ਨਾਲ ਕੋਈ ਨਹੀਂ ਜੇ ਅਦਬ ਸੁਣ ਰਹੀ ਹੈ ਹੁਸੈਨ ਦੀ ਆਦੀ ਨਰਵਾ ਮੇਰਾ ਤੀਜਾ ਭਰਾ ਉਹ ਸਾਹਮਣੇ ਫੋਨ ਬੈਠਾ ਰੋਂਦਾ ਹੈ ਬੱਚੀ ਵੇਖਣ ਦੇ ਬਾਅਦ ਆਦੀ ਬੀਬੀ ਨਾਰਾਜ਼ ਸਨ ਛੋਟਾ ਢੇਰ ਰਹੀਫੇ ਹੁਸੈਨ ਦੀ ਨਰਵਾ ਦਹਵੀਂ ਦੀਦੀ ਗਿਰ ਗਈ ਜਵਾਨ ਆਈ ਆਦਿਆ ਰਾਤ ਘਰਦੀ ਆਈ ਹੈ ਪਾਪ ਵੈਰ ਪੁਰਕੇ ਦਵੇ ਨਵੀ ਆਏ ਕਮਰ ਝੁਕਦੀ ਆਈ ਹੈ ਦਾੜੀ ਸਫੈਦ ਹੋਦੀ ਆਈ ਹੈ ਕਦਮ ਆਈ ਵੇ ਦੀ ਨੌ ਨਵਾਰੀ ਆਈ ਯਾਰ ਵੇ ਕਦਮਾਂ ਤੇ ਗਈਏ ਵਾਪਸ ਵੱਲ ਆਈਏ ਆਦੇ ਬੀਬੀ ਨਗਰ ਨਾਲ ਗੱਲਾਂ ਕਰੇ ਨੀ ਰਹੀਆਂ ਮੈਂ ਹੁਣ ਡਿੱਠਾ ਤੇਰੇ ਕੰਨਾਂ ਚ ਫੋਨ ਪਿਆ